ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਇਸੇ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ 36 ਪ੍ਰਿੰਸੀਪਲਾਂ ਨੂੰ ਚੁਣ ਕੇ ਸਿੰਗਾਪੁਰ ਵਿਸ਼ੇਸ਼ ਟ੍ਰੇਨਿੰਗ ਦੇ ਲਈ ਭੇਜਿਆ ਗਿਆ, ਜਿਸ ਤੋਂ ਬਾਅਦ ਕਿ ਉਹ ਪੰਜਾਬ ਦੇ ਵਿੱਚ ਦੁਬਾਰਾ ਆ ਕੇ ਪੰਜਾਬ ਦੇ ਬੱਚਿਆਂ ਨੂੰ ਨਵੀਂ ਤੇ ਤਕਨੀਕੀ ਸਿੱਖਿਆ ਦੇ ਨਾਲ ਸਿੱਖਿਆ ਦੇ ਸਕਣ। ਇਸੇ ਮੁਹਿੰਮ ਦੇ ਦੌਰਾਨ ਪੰਜਾਬ ਦੇ ਹਲਕਾ ਨਾਭਾ ਦੇ ਅਧੀਨ ਪੈਂਦੇ ਪਿੰਡ ਮੰਡੌਰ ਦੇ ਪ੍ਰਿੰਸੀਪਲ ਜਸਪਾਲ ਸਿੰਘ ਨੂੰ ਵੀ ਸਿੰਗਾਪੁਰ ਭੇਜਿਆ ਗਿਆ, ਪਰ ਜਦੋਂ ਟ੍ਰੇਨਿੰਗ ਵਾਪਸ ਕਰਕੇ ਆਏ ਸਿੰਗਾਪੁਰ ਤੋਂ ਪ੍ਰਿੰਸੀਪਲ ਜਸਪਾਲ ਸਿੰਘ ਤਾਂ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ, ਕਿਉਂਕਿ ਜਸਪਾਲ ਸਿੰਘ ਦਾ ਸਵਾਗਤ ਪੂਰਾ ਬੈਂਡ ਬਾਜਿਆਂ ਦੇ ਨਾਲ ਢੋਲ ਵਜਾ ਕੇ ਕੀਤਾ ਗਿਆ। ਇਸ ਮੌਕੇ ਤੇ ਭਾਵੁਕ ਹੋ ਕੇ ਪ੍ਰਿੰਸੀਪਲ ਜਸਪਾਲ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਸਿੱਖਿਆ ਨੂੰ ਉੱਚਾ ਚੁੱਕਣ ਦੇ ਲਈ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਅਸੀਂ ਵੀ ਪੰਜਾਬ ਦੇ ਵਿੱਚ ਸਿੱਖਿਆ ਨੂੰ ਉੱਚੇ ਪੱਧਰ ਤੇ ਲਿਜਾਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਜ਼ਿਕਰਯੋਗ ਹੈ ਕਿ ਇਸ ਮੌਕੇ ਦੇ ਉੱਤੇ ਪਿੰਡ ਦੇ ਲੋਕਾਂ ਦੇ ਵੱਲੋਂ ਵੀ 5 ਏਕੜ ਜ਼ਮੀਨ ਪਿੰਡ ਦੇ ਸਕੂਲ ਨੂੰ ਦਿੱਤੀ ਗਈ ਹੈ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਮਾਣਯੋਗ ਸਾਡੇ ਇਸ ਸੂਬੇ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਵਿਭਾਗ ਦੀ ਅਗਵਾਈ ਕਰ ਰਹੇ ਸਰਦਾਰ ਹਰਜੋਤ ਸਿੰਘ ਬੈਂਸ ਜੀ, ਸਿੱਖਿਆ ਮੰਤਰੀ ਪੰਜਾਬ ਜੀ ਦਾ ਧੰਨਵਾਦ ਕਰਦਾ। ਇਹ ਲੀਡਰਸ਼ਿਪ ਪ੍ਰੋਗਰਾਮ ਸੀ, ਐਜੂਕੇਸ਼ਨ ਲੀਡਰਸ਼ਿਪ ਐਂਡ ਡਿਵੈਲਪਮੈਂਟ ਪ੍ਰੋਗਰਾਮ। ਸੋ ਇਹਦਾ ਜਿਹੜਾ ਹੈ ਵੈਂਗਾਰਡ ਚੇਂਜ, ਇਹਦਾ ਲੋਗੋ ਸੀ ਵੈਂਗਾਰਡ ਚੇਂਜ, ਕਿ ਤੁਸੀਂ ਕੋਈ ਕਿਸੇ ਚੀਜ਼ ਨੂੰ ਸਿੱਖ ਕੇ ਉਹਨੂੰ ਚੇਂਜ ਕਿਵੇਂ ਕਰ ਸਕਦੇ ਹੋ, ਕਿਉਂਕਿ ਇਹ ਜ਼ਰੂਰੀ ਨਹੀਂ ਹੈਗਾ। ਐਜੂਕੇਸ਼ਨ ਕਿਸੇ ਦੇਸ਼ ਦੀ ਮਾੜੀ ਨਹੀਂ ਹੁੰਦੀ, ਨਾ ਸਾਡੇ ਪੰਜਾਬ ਦੀ ਮਾੜੀ ਆ, ਨਾ ਕਿਸੇ ਹੋਰ ਦੀ, ਪਰ ਉਹਦੇ 'ਚ ਚੇਂਜ ਹੋਰ ਐਡੀਸ਼ਨ ਕਿਸ ਤਰ੍ਹਾਂ ਕਰ ਸਕਦੇ ਹਾਂ ਅਸੀਂ। ਸੋ ਇਨਫਰਾਸਟ੍ਰਕਚਰ ਹੈ ਜਿਹੜਾ ਹੈ, ਵਿਜ਼ੂਅਲੀ ਲਰਨਿੰਗ ਹੈ, ਠੀਕ ਹੈ ਨਾ, ਇਹ ਸਾਰਾ ਕੁਛ ਉੱਥੇ ਅਸੀਂ ਸਿੱਖਿਆ ਔਰ ਉਹ ਉੱਥੋਂ ਦੇ ਅਸੀਂ ਲੋਕਾਂ ਦੀ ਡੈਡੀਕੇਸ਼ਨ ਆਪਣੇ ਦੇਸ਼ ਪ੍ਰਤੀ ਔਰ ਆਪਣੇ ਲੋਕਾਂ ਪ੍ਰਤੀ ਜਿਹੜੀ ਉਹਨਾਂ ਦੀ ਕਮਿਟਮੈਂਟ ਹੈ, ਉਹਨਾਂ ਦਾ ਵਿਜ਼ਨ ਹੈ, ਉਹਨਾਂ ਦਾ ਮਿਸ਼ਨ ਹੈ ਔਰ ਉਹਨਾਂ ਦਾ ਗੋਲ ਹੈ ਕਿ ਵੀ ਅਚੀਵ ਦਾ ਗੋਲ ਕਿ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਉਹ ਤੋਂ ਅਸੀਂ ਬਹੁਤ ਜਿਹੜਾ ਹੈ ਮਤਲਬ ਪ੍ਰਭਾਵਿਤ ਹੋਏ ਹਾਂ ਔਰ ਉਹ ਸਾਰੀਆਂ ਗੱਲਾਂ ਅਸੀਂ ਵੀ ਆਪਣੇ ਟੀਚਰਸ, ਭਾਵੇਂ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ, ਜਿਵੇਂ ਤੁਹਾਨੂੰ ਦੱਸਿਆ ਗਿਆ ਸਰਪੰਚ ਸਾਹਿਬ ਵੱਲੋਂ, ਹਰਪ੍ਰੀਤ ਜੀ ਵੱਲੋਂ ਕਿ ਜਿੱਦਣ ਦੇ ਆਏ ਨੇ ਟਿੱਕੇ ਨਹੀਂ ਬੈਠੇ। ਸੋ ਸਾਡਾ ਜਿਹੜਾ ਹੈ ਉਹ ਅਸੀਂ ਕਿ ਜੋ ਸਾਡਾ ਸੁਪਨਾ ਦੇਖਿਆ ਹੈ ਮਾਨਯੋਗ ਮੁੱਖ ਮੰਤਰੀ ਨੇ, ਕਿਉਂਕਿ ਕਲਾਮ ਸਾਹਿਬ ਨੇ ਕਿਹਾ ਸੀ, ਸਾਡੇ ਅਬਦੁਲ ਕਲਾਮ ਜੀ ਜਿਹੜੇ ਆਪਣੇ ਸਾਡੇ ਰਾਸ਼ਟਰਪਤੀ ਸੀ, ਸੋ ਉਹਨਾਂ ਨੇ APJ ਅਬਦੁਲ ਕਲਾਮ, ਉਹਨਾਂ ਨੇ ਕਿਹਾ ਸੀ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੁੱਤੇ ਪਏ ਦੇਖੇ ਜਾਣ, ਸੁਪਨੇ ਉਹ ਹੁੰਦੇ ਨੇ ਜਿਹੜੇ ਸੌਣ ਨਹੀਂ ਦਿੰਦੇ। ਸੋ ਵਾਕਈ ਉਹ ਗੱਲ ਸੀ, ਸਾਨੂੰ ਉੱਥੇ ਸੁਪਨਿਆਂ ਨੇ ਸਾਨੂੰ ਇਹ ਫਿਕਰ ਸੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਸਾਡਾ ਲੀਡਰ ਹੈ ਸਾਨੂੰ ਲੀਡ ਕਰ ਰਿਹਾ, ਇਹੀ ਅਸੀਂ ਸਿੱਖਣ ਗਏ ਸੀ ਕਿ ਯਾਰ ਉਹਦਾ ਸੁਪਨਾ ਹੈ, ਅਸੀਂ ਉਹਨੂੰ ਪੂਰਾ ਕਰਨਾ ਹੈ। ਸੋ ਅਸੀਂ ਸੋਏ ਨਹੀਂ, ਬਹੁਤ ਘੱਟ, ਸਿਰਫ 4 ਤੋਂ 5 ਘੰਟੇ ਅਸੀਂ ਸੌਂਦੇ ਸੀ, ਕਿਉਂ ਸਵੇਰੇ 9 ਵਜੇ ਤੋਂ ਲੈ ਕੇ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੀ ਸਾਡਾ ਸ਼ਡਿਊਲ ਸੀ ਉੱਥੇ। ਸਵੇਰੇ 8 ਵਜੇ ਬ੍ਰੇਕਫਾਸਟ ਔਰ ਉਹ ਤੋਂ ਬਾਅਦ ਤੁਸੀਂ ਫਟਾਫਟ ਜਿਹੜਾ ਫਰੈਸ਼ ਹੋ ਕੇ, ਅਸੀਂ ਇੰਨੇ ਐਕਸਾਈਟਡ ਸੀ ਸਾਰੇ 36 ਦੇ 36 ਕਿ 8:45 ਜਾਂ 50 ਮਿੰਟ 'ਤੇ ਅਸੀਂ ਕਲਾਸ 'ਚ ਬਹਿ ਜਾਂਦੇ ਸੀ। ਔਰ ਉਹਨਾਂ ਦੀ ਡੈਡੀਕੇਸ਼ਨ ਦੀ ਜੇ ਮੈਂ ਤੁਹਾਨੂੰ ਗੱਲ ਕਰਾਂ, ਰਿਸਪੋਂਸੀਬਿਲਟੀ ਦੀ ਗੱਲ ਕਰਾਂ, ਕਿ ਜਿਹੜਾ ਪੜ੍ਹਾਉਣ ਵਾਲਾ ਟੀਚਰ ਹੈ ਨਾ, ਉਹ ਸਾਡੇ ਨਾਲ 1/2 ਘੰਟਾ ਪਹਿਲਾਂ ਕਲਾਸ 'ਚ ਬੈਠਾ ਹੁੰਦਾ ਸੀ, ਆਪਣੀ ਤਿਆਰੀ ਕਰ ਰਿਹਾ ਹੁੰਦਾ ਸੀ। ਸੋ ਉਹ ਚੇਂਜ ਦੀ ਲੋੜ ਆ, ਸਾਨੂੰ ਵੀ ਉਹ ਡੈਡੀਕੇਸ਼ਨ ਦੀ ਲੋੜ ਆ ਕਿ ਜਿਹੜਾ ਕੁਛ ਮੈਂ ਪੜ੍ਹਾਉਣਾ ਕੀ ਮੈਂ ਉਹਦੇ 'ਚ ਪਰਪੱਕ ਹਾਂ। ਜੇ ਮੈਨੂੰ ਮੇਰੇ ਸਟੂਡੈਂਟ ਨੇ ਕੁਐਸਚਨ ਪੁੱਛ ਲਿਆ, ਬਹੁਤ ਕੁਐਸਚਨ ਪੁੱਛੇ ਅਸੀਂ ਕੰਪੈਰੀਜ਼ਨ ਕਰਦੇ ਸੀ ਕਿ, ਔਰ ਬਹੁਤ ਇੰਜੋਏ, ਜਿਹਨੂੰ ਕਹੀਏ ਇੰਜੋਏਫੁੱਲ ਲਰਨਿੰਗ ਵੀ ਨੋਟ, ਅਸੀਂ ਕੋਈ ਉੱਥੇ ਡਿਸਕਸ਼ਨ, ਅਸੀਂ ਇੰਜੋਏਫੁੱਲ ਲਰਨਿੰਗ ਕਰੀ ਉੱਥੇ ਕਿ ਉਹ ਇਸ ਚੀਜ਼ ਵਿਸ਼ਵਾਸ ਨੇ ਕਿ ਕਿਹੜੀ ਕੈਰੀਕੁਲਰ ਐਕਟੀਵਿਟੀ ਨੇ ਉਹਨਾਂ ਨੂੰ ਤੁਸੀਂ ਜਿਵੇਂ ਕਹੀ ਖੇਡ ਸਿਖਾਉਣਾ, ਉੱਥੇ ਟ੍ਰੈਫਿਕ ਨਿਯਮ ਨੇ ਜਿਹੜੇ ਉਹ ਪੜ੍ਹਾਏ ਨਹੀਂ ਜਾਂਦੇ, ਉਹ ਸਿਖਾਏ ਜਾਂਦੇ ਨੇ।
ਉੱਥੇ ਤੁਸੀਂ ਦੇਸ਼ ਦੇ ਚੰਗੇ ਨਾਗਰਿਕ ਕਿਵੇਂ ਬਣਨਾ, ਇਹ ਪੜ੍ਹਾਇਆ ਨਹੀਂ ਜਾਂਦਾ, ਸਿਖਾਇਆ ਜਾਂਦਾ। ਸੋ ਅਸੀਂ ਕਿਉਂ ਨਹੀਂ ਸਿੱਖੇ? ਕੀ ਅਸੀਂ ਅੰਬੇਡਕਰ ਸਾਹਿਬ ਤੋਂ ਨਹੀਂ ਸਿੱਖੇ? ਕੀ ਅਸੀਂ ਭਗਤ ਸਿੰਘ ਜੀ ਤੋਂ ਨਹੀਂ ਸਿੱਖੇ? ਭਗਤ ਸਿੰਘ ਜੀ ਲਾਸਟ ਟਾਈਮ ਇੱਕ ਮਿੰਟ ਉਹਨਾਂ ਦੀ ਫਾਂਸੀ 'ਚ ਰਹਿੰਦਾ ਸੀ, ਜਦੋਂ 2 ਮਿੰਟ ਰਹਿੰਦੇ ਹੋਣੇ ਯਾਰ, ਜਦੋਂ ਉਹਨਾਂ ਨੂੰ ਫਾਂਸੀ 'ਤੇ ਲਈ ਜਾ ਰਹੇ ਸੀ, ਉਹ ਪੜ੍ਹ ਰਿਹਾ ਸੀ। ਉਹ ਕਹਿੰਦਾ ਯਾਰ 2 ਮਿੰਟ ਰੁਕ ਜਾਓ, ਮੇਰਾ ਹਾਲੇ ਪੂਰਾ ਨਹੀਂ ਹੋਇਆ। ਪਰ ਉਹ ਕਿਤਾਬ ਦਾ ਵਰਕਾ ਲੈਣ ਨੂੰ ਪੜ੍ਹ ਰਹੇ ਸੀ, ਸਾਡੇ ਸ਼ਹੀਦ ਆਜ਼ਮ ਭਗਤ ਸਿੰਘ। ਅਸੀਂ ਗੱਡੀਆਂ 'ਤੇ ਲਵਾਉਂਦੇ ਹਾਂ, ਪਰ ਕੀ ਅਸੀਂ ਉਹ ਕਿਤਾਬ ਨੂੰ ਖੋਲ੍ਹ ਕੇ ਦੇਖਿਆ ਕਿ ਅੱਗੇ ਕੀ ਜਿਹਨਾਂ ਉਹਨਾਂ ਨੇ ਪੜ੍ਹਿਆ ਆਪਣੀਆਂ ਲਿਖਤਾਂ ਦੇ ਵਿੱਚ ਸਾਨੂੰ ਮਿਲ ਗਿਆ? ਉਹ ਉੱਥੋਂ ਵਰਕਾ ਮੋੜ ਕੇ ਗਿਆ ਸੀ ਕਿ ਇਹ ਤੋਂ ਬਾਅਦ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ, ਇਹਨੂੰ ਪੜ੍ਹੂਗੀ ਔਰ ਤਰੱਕੀ ਕਰੂਗੀ। ਸਾਡੇ ਕਿੰਨੇ ਗ੍ਰੰਥ ਜਿਹੜੇ ਭਾਰਤ 'ਚ ਲਿਖੇ ਗਏ, ਅਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਫੱਟੀ ਦੇ ਉੱਤੇ ਇੱਕ ਓਂਕਾਰ ਲਿਖ ਕੇ ਸਾਰੇ ਲੋਕਾਂ ਨੂੰ ਅੱਜ ਜਿਹੜਾ ਹੈ ਮਿਸ਼ਨ, ਜਿਹੜਾ ਹੈ ਤੁਹਾਡਾ ਮਿਸ਼ਨ, ਉਹਦੇ ਲਈ ਤੁਹਾਨੂੰ ਕੋਈ ਇਹ ਨਹੀਂ ਹੈ ਕਿ ਬਹੁਤ ਤੁਸੀਂ ਪੜ੍ਹੇ ਲਿਖੇ ਹੋਣੇ ਚਾਹੀਦੇ ਹੋ। ਮਿਸ਼ਨ ਇੱਕ ਅਨਪੜ੍ਹ ਬੰਦੇ ਦਾ ਵੀ ਹੋ ਸਕਦਾ, ਤੁਹਾਡੇ ਉਹ ਉਸ ਤੋਂ ਤੁਸੀਂ ਫਾਇਦਾ ਲੈ ਸਕਦੇ ਹੋ। ਤੁਰੇ ਜਾਂਦੇ ਤੁਸੀਂ ਸਿੱਖਦੇ ਹੋ, ਹਰ ਬੰਦੇ ਤੋਂ ਤੁਸੀਂ ਸਿੱਖਦੇ ਹੋ। ਇਹ ਸਾਰਾ ਕੁਝ ਅਸੀਂ ਸ਼ੇਅਰ ਕਰਿਆ, ਇਹ ਸਿੱਖਿਆ। ਗ੍ਰੈਂਡ ਵੈਲਕਮ ਵੀ ਕੀਤਾ ਗਿਆ, ਕੀ ਕਹਿਣਾ ਚਾਹੁੰਦੇ? ਸੋ ਇਹ ਇਹਨਾਂ ਦੀ ਮੇਰੇ ਕੰਮ ਦਾ ਇਹ ਜਿਹੜਾ ਹੈ, ਜਿਹੜਾ ਮੈਂ ਅੱਜ ਤੋਂ ਨਹੀਂ, ਜਿਹੜਾ ਪਿਛਲੇ 12 ਸਾਲ ਤੋਂ ਮੈਂ ਇੱਥੇ ਕਰ ਰਿਹਾ, ਉਹਦਾ ਰਿਗਾਰਡ ਸੀ ਕਿ ਅੱਜ ਸਾਡੇ ਪ੍ਰਿੰਸੀਪਲ ਨੇ ਸਾਡਾ ਨਾਮ ਖੜ੍ਹੇ ਨੇ, ਸਾਡੇ ਸਰਪੰਚ ਸਾਹਿਬ, ਮੈਂਬਰ ਪੰਚਾਇਤ, ਔਰ ਜੱਸੀ ਸੋਇਆਂ ਵਾਲਾ ਜੀ ਚੇਅਰਮੈਨ ਪਲਾਨਿੰਗ ਬੋਰਡ ਡਿਸਟ੍ਰਿਕਟ ਪਟਿਆਲਾ। ਅਤੇ ਇਹਨਾਂ ਨੇ ਮੈਨੂੰ ਕੰਮ, ਇਹ ਮੇਰੇ ਕੰਮ ਦਾ ਰਿਵਾਰਡ ਹੈ ਕਿ ਉਹ ਰੱਖੜੇ ਦੇ ਮੋੜ 'ਤੇ ਮੇਨ ਰੋਡ 'ਤੇ ਖੜ੍ਹੇ ਸੀ ਮੈਨੂੰ ਲੈਣ, ਛੋਟੇ ਵੀਰ। ਇਹ ਰਿਗਾਰਡ ਹੈ, ਇਹ ਮੇਰੇ ਕੰਮ ਦਾ ਰਿਗਾਰਡ ਹੈ। ਜੋ ਦੂਸਰਾ ਮੈਂ ਜਿਹੜਾ ਉੱਥੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਜਿਹੜੇ ਸਾਡੇ ਵਿਜ਼ਨਰੀ ਜਿਹੜੇ ਅਰਵਿੰਦ ਕੇਜਰੀਵਾਲ ਜੀ, ਸਾਡੇ ਦਿੱਲੀ ਦੇ ਮੁੱਖ ਮੰਤਰੀ, ਜਿਨ੍ਹਾਂ ਨੇ ਵਾਕਈ ਚੇਂਜ ਕਰਕੇ ਦਿਖਾਇਆ, ਇਹਦੇ 'ਚ ਮੈਂ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦਾ। ਮੈਂ ਉੱਥੇ ਕਿਹਾ ਸੀ ਕਿ ਮੇਰੇ ਸਕੂਲ 'ਚ ਜਾ ਕੇ ਦੇਖੋ ਕਿ ਅਸੀਂ ਜਿਹੜਾ ਹੈ ਉਹ ਮੇਰੇ ਤੋਂ ਸਤਾਇਰ ਹੋ ਗਿਆ ਕਿ ਸਾਡੇ ਪਿੰਡ 'ਚ ਜਾ ਕੇ ਦੇਖੋ ਜੀ, ਜਿਵੇਂ ਸਾਡੇ ਪੰਜਾਬੀ ਕਹਿੰਦੇ ਵਿਆਹ ਵਰਗਾ ਮਾਹੌਲ ਹੈ, ਤਾਂ ਉਹ ਤੁਸੀਂ ਅੱਜ ਦੇਖ ਲਿਆ। ਮੈਂ ਕੋਈ ਇਹ ਕਰਾਇਆ ਨਹੀਂ, ਮੈਨੂੰ ਲੱਗਦਾ ਸੀ ਕਿ ਇੰਨਾ ਐਕਸਾਈਟਡ ਨੇ ਮੇਰੇ ਜਿਹੜੇ ਪਿੱਛੋਂ ਮੇਰਾ ਸਟਾਫ ਹੈ, ਮੇਰੇ ਪਿੰਡ ਨਿਵਾਸੀ ਨੇ ਔਰ ਮੇਰੇ ਇਹ ਮਿੱਤਰ ਨੇ, ਇਹ ਕਿੰਨੇ ਐਕਸਾਈਟਡ ਨੇ ਮੇਰੇ ਲਈ। ਔਰ ਇਹ ਸਾਰਾ ਕੁਛ ਅਸੀਂ ਜਿਹੜਾ ਹੈ ਅਸੀਂ ਸਿੱਖਿਆ, ਔਰ ਜਿਹੜਾ ਇਹਨਾਂ ਨੇ ਮੇਰਾ ਵੈਲਕਮ ਕਰਿਆ, ਵਾਰਮ ਵੈਲਕਮ, ਇਹਦੇ ਲਈ ਮੈਂ ਚਾਹੁਣ ਵਾਲਿਆਂ ਵੱਲੋਂ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰਾ ਇੱਕ ਨਿਮਾਣੇ ਜੇ ਇੱਕ ਉਹ ਬੱਚੇ ਦਾ, ਇੱਕ ਗਰੀਬ ਘਰ ਦੇ ਬੱਚੇ ਦਾ, ਜਿਹਨੇ ਪੜ੍ਹ ਕੇ ਇਹ ਆਪਣਾ ਮਿਸ਼ਨ, ਆਪਣਾ ਗੋਲ ਸੈੱਟ ਕਰਿਆ ਹੈ, ਅਤੇ ਇਹਨਾਂ ਨੇ ਐਡਾ ਬੜਾ ਰਿਗਾਰਡ ਦਿੱਤਾ ਹੈ, ਉਹਦੇ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜੋ ਸੁਪਨਾ ਦੇਖਿਆ ਗਿਆ ਕਿ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆਉਣੀ ਆ, ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਕਿਹਾ ਗਿਆ ਸੀਗਾ ਕਿ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਊਗੀ ਤਾਂ ਪੰਜਾਬ ਦੇ ਵਿੱਚ ਅਸੀਂ ਸਿੱਖਿਆ ਦੇ ਵਿੱਚ ਅਤੇ ਸਿਹਤ ਦੇ ਵਿੱਚ ਵੱਡਾ ਸੁਧਾਰ ਕਰਾਂਗੇ। ਹੁਣ ਸਿੱਖਿਆ ਦੇ ਖੇਤਰ ਦੇ ਵਿੱਚ ਲੈ ਕੇ ਕਾਫੀ ਚਿੰਤਤ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ। ਅੱਜ ਜਿਹੜਾ ਪਹਿਲਾ ਸਿੰਗਾਪੁਰ ਇਹਨੇ ਬੈਚ ਭੇਜਿਆ ਸੀਗਾ ਟ੍ਰੇਨਿੰਗ ਦੇ ਲਈ, ਅਤੇ ਅੱਜ ਸਾਡੇ ਮਾਨਯੋਗ ਜਸਪਾਲ ਸਿੰਘ ਜੀ ਪ੍ਰਿੰਸੀਪਲ ਸਟੇਟ ਅਵਾਰਡੀ ਨੇ, ਉਹ ਟ੍ਰੇਨਿੰਗ ਲੈ ਕੇ ਇੱਥੇ ਪਹੁੰਚੇ ਨੇ, ਅਤੇ ਵਿਆਹ ਵਰਗਾ ਮਾਹੌਲ ਆ, ਸਾਰੇ ਪਿੰਡ ਵਾਸੀਆਂ ਨੇ, ਇਲਾਕਾ ਵਾਸੀਆਂ ਨੇ ਉਹਨਾਂ ਦਾ ਸਵਾਗਤ ਕਰਿਆ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜਿਹੜਾ ਸਿੱਖਿਆ ਦੇ ਵਿੱਚ ਨਿੱਜੀਕਰਨ ਵੱਡੇ ਪੱਧਰ 'ਤੇ ਕਰਿਆ ਹੋਇਆ ਸੀਗਾ, ਅਤੇ ਪੰਜਾਬ ਸਰਕਾਰ, ਆਪ ਸਰਕਾਰ ਚਾਹੁੰਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਨੇ ਪ੍ਰਾਈਵੇਟ ਸਕੂਲਾਂ ਨਾਲ ਵਧੀਆ ਬਣਾਏ ਜਾਣਗੇ, ਖੇਡਣ ਲਈ ਗਰਾਊਂਡ, ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾਊਗੀ, ਜਿਵੇਂ ਦਿੱਲੀ ਦੇ ਵਿੱਚ ਵਧੀਆ ਸਿੱਖਿਆ ਦਿੱਤੀ ਜਾ ਰਹੀ ਆ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ, ਅਤੇ ਇਹਨਾਂ ਨੂੰ ਆਉਂਦਿਆਂ ਹੀ ਜਦੋਂ ਦਿੱਲੀ ਦੇ ਵਿੱਚ ਉੱਥੇ ਵੀ ਦਿੱਲੀ ਦੇ ਅਧਿਆਪਕਾਂ ਦੇ ਨਾਲ ਇਹਨਾਂ ਦਾ ਜਿਹੜਾ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ ਕਿ ਕਿੱਦਾਂ ਅਸੀਂ ਸਿੱਖਿਆ ਦੇ ਵਿੱਚ ਪੰਜਾਬ ਦੇ ਵਿੱਚ ਸੁਧਾਰ ਲੈ ਕੇ ਆ ਸਕਦੇ ਹਾਂ, ਅਤੇ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਆਮ ਆਦਮੀ ਪਾਰਟੀ ਦਾ, ਪੰਜਾਬ ਸਰਕਾਰ ਦਾ, ਅਤੇ ਜਿਨ੍ਹਾਂ ਨੇ ਅਧਿਆਪਕਾਂ ਨੂੰ ਟ੍ਰੇਨਿੰਗ, ਆਪਣੇ ਪ੍ਰਿੰਸੀਪਲ ਨੂੰ ਟ੍ਰੇਨਿੰਗ ਦੇਣ ਲਈ ਸਿੰਗਾਪੁਰ ਵਿਖੇ ਭੇਜਿਆ, ਤਾਂ ਜੋ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਬਦਲਾਅ
ਉਪਰਾਲਾ ਕਰ ਸਕੀਏ? ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਜੀ, ਬਹੁਤ ਵਧੀਆ ਸਿਹਤ 'ਚ ਸਰਕਾਰ ਚੱਲ ਰਹੀ ਹੈ ਅਤੇ ਖਾਸ ਕਰ ਸਿੱਖਿਆ ਦੇ ਵਿੱਚ। ਸ਼ੁਰੂ ਤੋਂ ਹੀ ਅਸੀਂ ਸਿੱਖਿਆ ਦੇ ਵਿੱਚ ਮੋਢੀ ਰਹੇ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਇਹ ਸਕੂਲ ਬਣਾਇਆ ਸੀ ਪਹਿਲਾਂ, ਅਤੇ 15 ਸਾਲਾਂ ਬਾਅਦ ਹੁਣ ਮੈਨੂੰ ਸਰਪੰਚ ਦੁਆਰਾ ਬਣਾਇਆ ਗਿਆ। ਅਤੇ ਹੁਣ ਜਿੰਨਾ ਵੀ ਕੋਈ ਜ਼ਮੀਨ ਦੀ ਲੋੜ ਹੈ ਇੱਥੇ ਕਿਸੇ ਤਰ੍ਹਾਂ ਦੀ, ਕੋਈ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ, ਅਸੀਂ ਉਸ ਦੇਣ ਨੂੰ ਤਿਆਰ ਹਾਂ। ਹੁਣ ਤੁਸੀਂ ਕੀ ਲਾਈਵ ਤੇਜ਼ ਚੈਨਲ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ।